ਸੋਚ ਕੇ ਸੌਂਦੀ ਹਾਂ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ, ਪਰ ਮੇਰੇ ਤੋਂ ਉੱਠਿਆ ਨਹੀਂ ਜਾਂਦਾ, ਮੈਂ ਕੀ ਕਰਾਂ। ਜਦੋਂ ਤੱਕ ਆਪ ਜੀ ਇਹ ਸੋਚੋਗੇ ਨਾ ਕਿ ਮੈਂ ਉੱਠ ਨਹੀਂ ਸਕਦਾ, ਮੇਰੇ ਤੋਂ ਨਹੀਂ ਉੱਠਿਆ ਜਾਂਦਾ, ਤੁਸੀਂ ਨਹੀਂ ਉੱਠ ਸਕਦੇ, ਮੇਰੇ ਤੋਂ ਨਹੀਂ ਉੱਠਿਆ ਜਾਂਦਾ। ਜਿਸ ਦਿਨ ਤੁਸੀਂ ਇਹ ਸੋਚੋਗੇ ਨਾ ਗੁਰੂ ਹੈ, ਗੁਰੂ ਆਪ ਉਠਾਵੇਗਾ, ਅਸਲ ਗੱਲ ਉਦੋਂ ਆਵੇਗੀ। ਮੈਂ ਆਪ ਜੀ ਨੂੰ ਇੱਕ ਉਦਾਹਰਣ ਦਿੰਦਾ। ਸਤਿਗੁਰੂ ਨੇ ਬਾਣੀ 'ਚ ਕਿਹਾ, ਮਾਰਨ ਕਿਹਾ, ਸਭ ਤੋਂ ਪੈਰੀ ਸਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਸਤਿਗੁਰੂ ਕਹਿੰਦੇ ਚਾਰ ਪੈਰ ਦਿਨ ਨੇ ਤੇ ਚਾਰ ਪੈਰ ਰਾਤ, ਚਾਰ ਪੈਰ ਦਿਨ ਚਾਰ ਪੈਰ ਰਾਤ ਅੱਠ ਪੈਰ ਹੋ ਗਏ। ਇੱਕ ਪੈਰ ਹੈ ਅੰਮ੍ਰਿਤ ਵੇਲੇ ਦਾ, ਇੱਕ ਪੈਰ ਹੈ ਅੰਮ੍ਰਿਤ ਵੇਲੇ ਦਾ। ਸਤਿਗੁਰੂ ਕਹਿੰਦੇ ਜਿਹੜੇ ਬਾਕੀ ਦੇ ਸੱਤ ਪੈਰ ਕੀ ਕੀਤੇ, ਤੂੰ ਪਹਿਲਾਂ ਇਹ ਦੱਸ, ਪਹਿਲਾਂ ਇਹਦਾ ਜਵਾਬ ਦੇ। ਅੱਠਵਾਂ ਪੈਰ ਤੇ ਫੁੱਲ ਤੇ ਫਲ ਹੈ, ਅਸੀਂ ਹੁਣੇ ਵਿਚਾਰਿਆ ਨਾ, ਅੰਮ੍ਰਿਤ ਵੇਲਾ ਮਿਲਣਾ ਇੰਨੀ ਸੌਖੀ ਗੱਲ ਨਹੀਂ ਹੈ, ਕੀ ਕਰਨਾ ਪਵੇਗਾ। ਸਤਿਗੁਰੂ ਕਹਿੰਦੇ ਪਹਿਲਾਂ ਸੱਤ ਪੈਰ ਜਿਹੜੇ ਆ ਉਹਨਾਂ ਨੂੰ ਯੂਟੀਲਾਈਜ਼ ਕਰ ਚੰਗੀ ਤਰ੍ਹਾਂ, ਕਿ ਤੂੰ ਉਹਨਾਂ ਸੱਤ ਪੈਰਾਂ ਦੇ ਵਿੱਚ ਕੀ ਕਰਦਾ। ਮਹਾਰਾਜ ਨੇ ਕਿਹਾ ਸਭ ਤੋਂ ਪੈਰੀ ਸੱਤ ਭਲਾ, ਤੂੰ ਸੱਤ ਕਹਿ ਕੇ ਭਲਾ ਕਹਿ, ਸੱਤ ਕਮਾ, ਸੱਚ ਨੂੰ ਕਮਾ ਪਹਿਲਾਂ ਸੱਤ ਪੈਰਾਂ ਦੇ ਵਿੱਚ। ਤੂੰ ਸਵੇਰੇ ਉੱਠ ਕੇ ਜੇ ਕਿਸੇ ਦੀ ਨਿੰਦਿਆ ਕੀਤੀ, ਦੁਪਹਿਰੇ ਆਫਿਸ ਗਿਆ ਤੇ ਉੱਥੇ ਜਾ ਕੇ ਕਿਸੇ ਨਾਲ ਠੱਗੀ ਕੀਤੀ, ਰਾਤੀ ਆ ਕੇ ਤੂੰ ਸ਼ਰਾਬ ਪੀਤੀ ਤੇ ਸਵੇਰੇ ਕਹਿੰਦਾ ਮੈਨੂੰ ਅੰਮ੍ਰਿਤ ਵੇਲਾ ਨਹੀਂ ਮਿਲਿਆ, ਤਾਂ ਫਸ ਗਏ। ਸਤਿਗੁਰੂ ਕਹਿੰਦੇ ਸੱਤੋਂ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ, ਤੂੰ ਜਿਹੜੇ ਵਿਦਵਾਨ ਸੱਜਣ ਨੇ ਨਾ ਉਹਨਾਂ ਦੇ ਕੋਲ ਬਹਿ ਕੇ ਸੰਗਤ ਕਰ, ਸੱਤ ਪੈਰ ਦੇ ਵਿੱਚ ਉਹਨਾਂ ਦੀ ਸੰਗਤ ਕਰ, ਫਿਰ ਕੀ ਹੋਵੇਗਾ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਕਹਿੰਦੇ ਉੱਥੇ ਬਹਿ ਕੇ ਤੂੰ ਆਵਾਜ਼ ਕਿ ਤੂੰ ਕੀ ਚੰਗਾ ਕੀਤਾ ਕੀ ਮਾੜਾ ਕੀਤਾ, ਜਦੋਂ ਤੂੰ ਕੀ ਚੰਗਾ ਕੀ ਮਾੜਾ ਇਹ ਵਿਚਾਰਿਆ ਵਾਚਿਆ ਤੇ ਫਿਰ ਤੈਨੂੰ ਸਮਝ ਆਵੇਗੀ ਕਿ ਨਹੀਂ ਦੇਖੋ ਮੈਂ ਇੰਨੀ ਪਾਪ ਕੀਤੇ ਨੇ ਤੈਨੂੰ, ਫਿਰ ਕੀ ਹੋਵੇਗਾ, ਫਿਰ ਤੇਰੀ ਹੋਮੇ ਘੱਟ ਹੋਵੇਗੀ। ਹੋਮੇ ਜਦੋਂ ਘੱਟ ਹੋਵੇਗੀ ਤੇ ਤੂੰ ਬਹਿ ਕੇ ਅਰਦਾਸ ਕਰੇਗਾ ਕਿ ਸਤਿਗੁਰੂ ਮੈਂ ਨਹੀਂ ਉੱਠ ਸਕਦਾ, ਤੂੰ ਉਠਾਵੇ ਦੱਸਾਂ, ਮੇਰੇ ਵੱਸ ਦਾ ਨਹੀਂ ਹੈ। ਔਰ ਇਸੇ ਕਾਰਨ ਵਾਸਤੇ ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਉਹਨਾਂ ਨੂੰ ਸੱਦੇ ਮਿਲਦੇ ਆ ਅੰਮ੍ਰਿਤ ਵੇਲੇ, ਜਿਹੜੇ ਉੱਠਦੇ ਆ ਉਹਨਾਂ ਨੂੰ ਸੱਦੇ ਮਿਲਦੇ ਆ ਪਰਮਾਤਮਾ ਤੋਂ। ਕਿੱਦਾਂ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੂ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਜਿਨ੍ਹਾਂ ਨੂੰ ਸੱਦੇ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਉਹ ਸੱਦੇ ਮਿਲਦੇ ਆ ਤੇ ਉਹ ਸੱਦੇ ਮਿਲਣ ਤੋਂ ਬਾਅਦ ਹੀ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉੱਦਮ ਨਹੀਂ ਕਰਨਾ, ਰੋਜ਼ ਉੱਦਮ ਕਰਨਾ, ਰੋਜ਼ ਉੱਦਮ ਕਰਨਾ ਤਾਂ ਕਿ ਸਤਿਗੁਰੂ ਕਿਰਪਾ ਕਰ। ਮੈਂ ਆਪ ਜੀ ਨੂੰ ਉਦਾਹਰਣ ਦਿੰਦਾ, ਛੋਟੇ ਸਾਹਿਬਜ਼ਾਦੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਨੇ ਤੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਕਹਿੰਦੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ, ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਅਸੀਂ ਫੇਰ ਜਾਵਾਂਗੇ, ਫੌਜ ਤਿਆਰ ਕਰਾਂਗੇ, ਫੇਰ ਆਵਾਂਗੇ, ਫੇਰ ਲੜਾਂਗੇ, ਉਦੋਂ ਤੱਕ ਲੜਾਂਗੇ ਜਦੋਂ ਤੱਕ ਜਾਂ ਤੇ ਤੁਸੀਂ ਨਹੀਂ ਮੁੱਕ ਜਾਂਦੇ ਜਾਂ ਅਸੀਂ ਨਹੀਂ ਮੁੱਕ ਜਾਂਦੇ। ਇਹ ਦ੍ਰਿੜਤਾ ਹੈ। ਇੱਕ ਵਾਰੀ ਇੱਕ ਸਿੱਖ ਤੇ ਅੰਗਰੇਜ਼ ਦੀ ਲੜਾਈ ਹੋ ਰਹੀ ਸੀ ਤੇ ਉਸ ਜੰਗ ਦੇ ਵਿੱਚ ਉਸ ਅੰਗਰੇਜ਼ ਨੇ, ਉਹ ਟ੍ਰੇਨਡ ਸੀਗਾ, ਹੀ ਵਾਸ ਅ ਟ੍ਰੇਨਡ ਰੈਸਲਰ, ਉਹਦੀ ਡਾਈਟ ਚੰਗੀ ਸੀਗੀ ਤੇ ਉਹਦੇ ਨਾਲ ਜਿਹੜਾ ਸਿੱਖ ਸੀਗਾ ਜਿਹਦੇ ਨਾਲ ਉਹਨੇ ਲੜਨਾ ਸੀ, ਰੈਸਲਿੰਗ ਕਰਨੀ ਸੀਗੀ, ਉਹਦੀ ਡਾਈਟ ਪ੍ਰੋਪਰ ਨਹੀਂ ਸੀ, ਟ੍ਰੇਨਡ ਨਹੀਂ ਸੀਗਾ ਪ੍ਰੋਪਰ, ਤੇ ਉਸ ਅੰਗਰੇਜ਼ ਨੇ ਉਹ ਸਿੱਖ ਨੂੰ ਉਸ ਮਾਲਯੁੱਧ ਦੇ ਵਿੱਚ ਹਰਾ ਦਿੱਤਾ। ਉਹ ਡਿੱਗ ਪਿਆ ਥੱਲੇ ਤੇ ਉੱਠ ਕੇ ਉਹ ਸਿੱਖ ਕਹਿੰਦਾ ਕਹਿੰਦਾ ਖੜਾ ਹੋ ਲੜ ਮੇਰੇ ਨਾਲ। ਅੰਗਰੇਜ਼ ਕਹਿੰਦਾ ਨਹੀਂ ਮੈਂ ਤੈਨੂੰ ਹੁਣੇ ਤੇ ਹਰਾਇਆ। ਕਹਿੰਦਾ ਨਹੀਂ ਲੜ ਮੇਰੇ ਨਾਲ। ਕਹਿੰਦਾ ਨਹੀਂ ਮੈਂ ਦੁਬਾਰਾ ਨਹੀਂ ਲੜਨਾ ਤੈਨੂੰ ਹਰਾਇਆ। ਕਹਿੰਦਾ ਨਹੀਂ ਹਰਾਇਆ ਕਿੱਥੇ। ਕਹਿੰਦਾ ਨਹੀਂ ਮੈਂ ਹਰਾਇਆ, ਦੇਖ ਤੇਰੀ ਪਿੱਠ ਲਾਈ ਥੱਲੇ ਮੈਂ। ਕਹਿੰਦਾ ਨਹੀਂ ਜਦੋਂ ਤੱਕ ਮੈਂ ਮੰਨਿਆ ਨਹੀਂ ਮੈਂ ਹਾਰਿਆ, ਮੈਂ ਹਾਰੇ ਨਹੀਂ। ਜਿਸ ਦਿਨ ਅਸੀਂ ਇਹ ਮੰਨ ਲਿਆ ਨਾ ਕਿ ਮੈਂ ਨਾਸਤਿਕ ਹਾਂ, ਜਿਸ ਦਿਨ ਮੈਂ ਮੰਨ ਲਿਆ ਕਿ ਮੇਰਾ ਕੁਛ ਨਹੀਂ ਹੋ ਸਕਦਾ, ਸਤਿਗੁਰੂ ਦੇ ਭੈ ਚ ਜਾਣੋ ਕਿ ਉਦੋਂ ਸਾਡਾ ਕੁਛ ਨਹੀਂ ਹੋ ਸਕਦਾ। ਹਮ ਕਾਮੀ ਕ੍ਰੋਧੀ ਅਤ ਕੂੜੇ ਆ ਰਹੇ, ਮੇਰੇ ਤੋਂ ਵੱਡਾ ਪਾਪੀ ਕੋਈ ਨਹੀਂ, ਤੇਰੇ ਤੋਂ ਵੱਡਾ ਬਖਸ਼ਣਹਾਰ ਤੁਮ ਹੀ ਠਾਕੁਰ ਬਖਸ਼ਣਹਾਰ। ਇਹ ਸਾਡੀ ਬਿਰਤੀ ਹੋਣੀ ਚਾਹੀਦੀ ਕਿ ਹਾਂ ਮੇਰੇ ਤੋਂ ਨਹੀਂ ਹੋ ਸਕਦਾ, ਹਮ ਤੇ ਕਸ਼ੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ, ਹਾਂ ਹਾਂ ਪ੍ਰਭ ਰਾਖ ਲਿਹੋ। ਜਦੋਂ ਇਹ ਅਰਦਾਸਾਂ ਬੇਨਤੀਆਂ ਕਰਕੇ ਅਸੀਂ ਸੋਵਾਂਗੇ ਨਾ ਰਾਤੀ, ਫਿਰ ਸਤਿਗੁਰੂ ਕਿਰਪਾ ਕਰਕੇ ਅੰਮ੍ਰਿਤ ਵੇਲਾ ਬਖਸ਼ਣ, ਇਹ ਜ਼ਰੂਰੀ ਹੈ।